ਜੋ ਸਭੇ ਫਸਟ ਆਉਣੇ ਸਾਹਮਣੇ। ਜੀ ਹਾਂ, ਬਾਬਾ ਲਾਲ ਬਾਸ਼ੀ ਦਾ ਮੇਲਾ ਜੋ ਹਰ ਸਾਲ ਜੋ ਤਾਂ ਇਸ ਸਾਲ ਵੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਾਡਲ ਉਚਾਰਮਲ ਦੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ, ਔਰ ਇਸ ਮੇਲੇ ਦੇ ਸਰ ਆਨੰਦ ਸਾਰੀ ਰਾਤ ਆਨੰਦ ਲਵਾਂਗੇ। ਅਤੇ ਮੇਲੇ ਦੇ ਖਾਸੀਅਤ ਕੀ ਹੈ, ਕਿਹੜੀ ਕਿਹੜੀ ਸ਼ਖਸੀਅਤ ਮੇਲੇ ਵਿੱਚ ਪਹੁੰਚ ਰਹੀਆਂ ਹਨ, ਸ਼ਰਧਾ ਨਾਲ ਜੋ ਕਿ ਇਹਨਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ, ਜੋ ਕਿ ਕੰਮ ਦੀ ਵਰਤੀ ਹੈ ਅੱਜ ਸਮਾਪਤ ਹੋ ਚੁੱਕੀ ਹੈ। ਮੇਲਾ ਜੋ ਕਿ ਅੱਜ ਸਾਰੀ ਰਾਤ ਚੱਲੇਗਾ, ਮੇਲੇ ਵਿੱਚ ਲੰਗਰ ਦੀ ਚਾਹ ਦੀ ਵਿਵਸਥਾ ਬੜੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਗਈ ਹੈ, ਔਰ ਤੁਹਾਨੂੰ ਵੀ ਇਸ ਮੇਲੇ ਦੀਆਂ ਸਾਰੀਆਂ ਸਾਰੀਆਂ ਜੋ ਝਲਕੀਆਂ ਪੂਰੀ ਰਾਤ ਅਸੀਂ ਦਿਖਾਵਾਂਗੇ। ਹਾਂ।
ਖਰੇ ਉਹ ਵੀ ਸਾਨੂੰ ਆਜ਼ਾਦ ਕਰਦਾ ਹੋਵੇਗਾ। ਸੱਚਾ ਕੌਣ ਹੈ ਪਰਵਰਦੀਗਾਰ? ਜੇ ਕੋ ਰੱਬ ਦੀ ਇਬਾਦਤ ਕਰਦਾ ਤੇ ਰੱਬ ਵੀ ਉਹਨੂੰ ਆਜ਼ਾਦ ਕਰਦਾ। ਜਾਨਬੀ 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 ਜਾ
ਯਾ ਰਸੂਲ ਯਾ ਰਸੂਲ ਮੇਰੇ ਆਕਾ ਯਾ ਹਜ਼ੂਰ 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 ਰੋਸ਼ਨੀ ਹੋ ਗਈ ਰੋਸ਼ਨੀ ਹੋ ਗਈ ਜੇ ਨਾ ਹੁੰਦੇ ਮਾ
ਕਿਆ ਨਬੀ ਮੁਹੰਮਦ ਮੁਸਤਫਾ ਕੌਣ? ਇਹ ਸਾਡੀ ਜ਼ਬਾਨ ਉਹਨਾਂ ਦਾ ਨਾਮ ਲੈਣ ਦੇ ਕਾਬਿਲ ਨਹੀਂ। ਕਿਉਂ? ਉਹ ਇੰਨੇ ਪਾਕ ਆ ਮੁਹੰਮਦ ਮੁਸਤਫਾ, 1,24,000 ਪਟੰਬਰਾਂ ਦੇ ਵਿੱਚੋਂ ਆਲ ਵਰਲਡ ਦੇ ਇਹ ਜਿੰਨੇ ਵੀ ਮੇਲੇ ਹੁੰਦੇ ਸਰਕਾਰ, ਇਹ ਮਦੀਨੇ ਦੀ ਖੁਸ਼ਬੂ ਆ। ਵਾਹ ਜੀ ਵਾਹ। ਇਹ ਉਹਨਾਂ ਦਾ ਕਲਾਮ ਹੈ, ਜਾਨਬੀ 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 ਜਨਾਬ ਜਿੱਥੋਂ ਪੀਰੀ ਫਕੀਰੀ ਆਬਾਦਤ ਸ਼ੁਰੂ ਹੋਈ ਹੈ, ਹਜ਼ਰਤ ਮੌਲਾ ਅਲੀ ਸਰਕਾਰ ਜਹਾਨ ਅੰਦਰ ਜੇ ਅਲੀ ਨਾ ਹੁੰਦੇ ਤਾਂ ਗਵਾਲੀ ਨਹੀਂ ਸੀ ਹੋਣਾ। ਅਲੀ ਦੀ ਜਨਾਬ ਹੈ ਤਾਂ ਸਭ ਕੁਛ ਹੈ। ਹੈ ਦੀਵਾਨ ਮਨਸਤੂ
ਅਲੀ ਕਾ ਨਾਮ ਸੁਣ ਕੇ ਵੀ ਅਬੀ ਖੈਬਰ ਕੰਪ ਜਾਤਾ ਹੈ।
ਕੀ ਰਸਤੀ ਜਾਂਦੀ ਏ। ਆਪਣੇ ਮਨ ਤੇ ਤਨ ਨੂੰ ਖੁਦ ਸਮਝਾ ਰਿਹਾ ਬੰਦਾ ਕਿ ਜਪਲੇ ਜਪਲੇ ਰੇ ਮਨਵਾ। ਸੱਚਾ ਨਾਮ ਕਿਸ ਤਰ੍ਹਾਂ ਜਨਾਬ?
ਅਲੀ ਦੇ ਦੀਵਾਨੇ ਨੇ, ਉਹ ਕਹਿੰਦੇ ਮੇਰੇ ਮਨ ਤਨ ਤੇ ਅਲੀ ਅਲੀ ਲਿਖਦੇ ਅੱਲਾ ਇੱਕ ਜ਼ੁਬਾਨ ਦਿੱਤੀ ਏ ਤੇ ਜ਼ੁਬਾਨ ਤੇ ਵੀ ਅਲੀ ਲਿਖਦੇ, ਅੱਲਾ ਪਾਕ ਜਿਸ ਤਰ੍ਹਾਂ ਮੈਂ ਮਰ ਜਾਵਾਂ ਤੇ ਮੇਰੇ ਕਫਨ ਤੇ ਵੀ ਅਲੀ ਲਿਖਦੇ, ਔਰ ਕਿਸ ਤਰ੍ਹਾਂ ਲਿਖਿਆ ਜਾਂਦਾ ਏ। ਔਰ ਸਾਰੀ ਸੰਗਤ ਨੂੰ ਬੇਨਤੀ ਏ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਨੇ ਨਾਲ ਤਾੜੀ ਮਾਰ ਕੇ ਦੱਸਣਾ ਕਿ ਮੇਰੇ ਧਨ ਮਨ ਲਾਲ ਬਾਦਸ਼ਾਹ ਨੂੰ ਪਿਆਰ ਕਰਦੇ ਨੇ, ਹੱਥ ਖੜੇ ਕਰਕੇ ਦੱਸੋ ਕਿਹੜੇ ਕਿਹੜੇ ਕਰਦੇ ਨੇ। ਨਕੋਦਰ ਸ਼ਹਿਰ ਵਿੱਚ ਮਸਤਾਂ ਵਲੀਆਂ ਦੀ ਧਰਤੀ ਏ ਤੇ ਬਾਬੂ ਲਾਲ ਬਾਦਸ਼ਾਹ ਜਿਹੜਾ ਪਿਆਰ ਕਰਦਾ ਫਿਰ ਤਾੜੀ ਮਾਰ ਕੇ ਕੀ ਕਹਿੰਦਾ ਮੇਰੇ ਧਨ ਮਨ ਮਨ ਆਹ
ਕਰਮ ਕਾਲ ਜੇ ਮੋਹ ਵਾਂਦਰਾ ਮਿੱਠੇ ਬੋਲ ਵਾਂਗਲੇ ਸ਼ੰਕਰ ਦੇ ਹੁੰਦੇ ਦੀਦਾਰ ਕਰਮਾਂ ਵਾਲਿਆਂ ਨੂੰ ਇਹ ਫਕਰ ਕਿਸੇ ਨੂੰ ਨਹੀਂ ਟੱਕਰਦੇ, ਇਹ ਫਕਰ ਕਿਸੇ ਨੂੰ ਨਹੀਂ ਟੱਕਰਦੇ। ਅਸੀਂ ਦਾਤਾ ਜੀ ਕੋ ਕੀ ਮੰਗਦੇ ਹਾਂ, ਲਾਡੀ ਸਾਈ ਜੀ ਕੋ ਕੀ ਮੰਗਦੇ ਹਾਂ ਕਿ ਦਾਤਾ ਜੀ ਮੈਨੂੰ ਕਾਰ ਦੇ ਦਿਓ, ਗੱਡੀਆਂ ਦੇ ਦਿਓ, ਉਹ ਮੈਨੂੰ ਧਨ ਦੇ ਦਿਓ, ਦੌਲਤ ਦੇ ਦਿਓ, ਸੋਨਾ ਦੇ ਦਿਓ, ਸ਼ੋਹਰਤ ਦੇ ਦਿਓ। ਉਹ ਕੁਛ ਨਹੀਂ ਮੰਗਣਾ ਦੋਸਤੋ, ਉਹ ਭਲਾ ਮੰਗਿਆ ਕਰੋ ਕਿਸੇ ਦਾ ਕਿ ਕਿਸੇ ਦਾ ਕੋਈ ਅਪੰਗ ਬੰਦਾ ਠੀਕ ਹੋ ਜਾਏ ਤੇ ਤੁਹਾਡਾ ਆਪੇ ਹੀ ਭਲਾ ਹੋ ਜਾਣਾ। ਪਰ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ, ਲੋਕੀ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਨੇ ਜਿੰਨਾ ਲੋਕਾਂ ਦੇ ਸੁੱਖ ਦੇ ਅੱਗੇ ਦੁਖੀ ਹੋਏ ਪਏ ਨੇ। ਕੀ ਕਹਿੰਦਾ, ਕਿਸੇ ਦੀ ਚੜ੍ਹਾਈ ਹੁੰਦੀ, ਕਿਸੇ ਦੀ ਚੜ੍ਹਾਈ ਹੁੰਦੀ ਤੇ ਕਿਸੇ ਨੂੰ ਕਾਹਦਾ ਸਾੜਾ ਹੁੰਦਾ। ਜਿਹੜਾ ਸੋਚਦਾ ਹੈ ਕਿਸੇ ਦਾ ਮਾੜਾ, ਉਹਦਾ ਆਪਣਾ ਵੀ ਇੱਕ ਦਿਨ ਮਾੜਾ ਹੁੰਦਾ। ਕਿ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਢਹਿੰਦੇ ਆ ਢਹਿੰਦੇ ਆ ਢਹਿ ਜਾਂਦਾ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਢਹਿੰਦੇ ਆ ਢਹਿੰਦੇ ਆ ਢਹਿ ਜਾਂਦਾ, ਉਹ ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ ਫਿੱਕ ਪੈਂਦਿਆਂ ਪੈਂਦਿਆਂ ਪੈ ਜਾਂਦਾ। ਉਹ ਜਿਹੜਾ ਚੱਲਦਾ ਨੀ ਆਪਣੇ ਮੁਰਸ਼ਦਾਂ ਦੇ ਰਾਹ ਤੇ, ਉਹਦਾ ਪੱਠਾ ਇੱਕ ਦਿਨ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ। ਉਹ ਚੁਗਲ ਖੋਰ ਨੂੰ ਜਿੰਨਾ ਮਰਜ਼ੀ ਰੋਕ ਲਈਏ, ਉਹ ਗੱਲ ਕਹਿੰਦੇ ਆ ਕਹਿੰਦੇ ਆ ਹਾਂਜੀ ਸਰਬਜੀਤ ਜੀ ਕਹਿ ਜਾਂਦਾ। ਇਸ ਕਰਕੇ ਗੱਲਾਂ ਨਹੀਂ ਕਰਨੀਆਂ, ਮੇਰੀਆਂ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਬੜੀ ਆਨ ਦ ਸਟ੍ਰੀਟ ਪਾਰਟੀ ਮੈਂਬਰ, ਆਈ ਵੈਲਕਮ ਯੂ। ਮੇਰੇ ਵੱਲੋਂ ਮੈਂ ਹਾਂ ਤੁਹਾਡਾ ਆਪਣੇ ਇੱਕ ਲਾਈਵ ਪਰਫਾਰਮੈਂਸ ਸਾਡੇ ਸਰਬਜੀਤ ਕਵਾਲ ਜੀ, ਔਰ ਨੈਕਸਟ ਪਰਫਾਰਮੈਂਸ ਸਾਡੇ ਅਰਮਾਨ ਬੇਦਲ ਜੀ ਜਾਨ ਹੀ ਮਿੰਟਾ ਚ ਮਾਰ ਕੇ ਦੱਸ ਦਿਓ ਵੀ ਬਾਪੂ ਨੂੰ ਬਹੁਤ ਪਿਆਰ ਕਰਦੇ ਆ। ਫਕਰਾਂ ਨੇ ਕੁਛ ਨਹੀਂ ਖਾਣਾ ਨਾ ਪੀਣਾ, ਉਹਨਾਂ ਨੂੰ ਰੂਹ ਦੀ ਖੁਰਾਕ ਚਾਹੀਦੀ, ਕਿਹੜੀ ਪਿਆਰ ਦੀ ਦੀਦ ਦੀ। ਮਾਵਾਂ ਦੀਆਂ ਦੁਆਵਾਂ ਬੜੀਆਂ ਕੰਮ ਕਰਦੀਆਂ, ਔਰ ਤਾੜੀ ਮਾਰ ਕੇ ਕੀ ਕਹਿਣਾ, ਉਹ ਮੇਰਾ ਹੋ ਗਿਆ ਸਮਾਂ ਗਿਣਾ ਜਿਨਾ, ਮੇਰਾ ਹੋ ਗਿਆ ਸਮਾਂ ਗਿਣਾ ਜਿਨਾ। ਹੋ ਗਿਆ ਸਮਾਂ ਗਿਣਾ ਜਿਨਾ, ਗੱਲ ਬਾਤ ਛੱਡ ਦੋ, ਮੇਰਾ
ਸ਼ੁਕਰ ਕਰਾਂ, ਲੱਖ ਲੱਖ ਸ਼ੁਕਰ ਕਰਾਂ, ਕਿਆ ਬਾਤ ਹੈ।
very nice writer, very nice person. Thank you so much, all the best. Safar bhai brother. Te naal sade Billa bhaji, kya baat hai, very nice person Billa bhaji. Aur sade Sohi ji, kya baat hai. Aur sare sewadar Kaku ji, Kashkal ji, Nitin ji, Vishu ji, aur Gini ji, Arjun ji, Babloo ji, Majid Govinda ji, Amit ji, Happy Varun ji, Vicky Sonu Gill aur Gurpreet Fauji aur Vicky Gaurav Sahil Motors aur Gautam aur sade latest Sagar aur Rohan ji, Ajay ji aur sade Pita Ravi aur Maharaj ji, Roks ji, Prashant ji, Maya ji, kya baat hai. ਸਾਰੇ ਵੀਰ ਇਕੱਤਰਦੇ ਇਹ ਸਾਰਿਆਂ ਨੂੰ ਅੱਜ ਦੀਆਂ ਲੱਖ ਲੱਖ ਕੇ ਸਾਰੀਆਂ ਮੁਬਾਰਕਾਂ ਜੀ ਪਰਿਵਾਰ
ਗੱਲਾਂ ਹੀ ਸੁਣੀਆਂ ਨੇ। ਮੈਂ ਨਹੀਂ ਜਾਣਾ ਹਥਿਆਰਾਂ ਸਿਰ ਤੇ, ਉਹ ਲੈ ਕੇ ਆ ਜੀ ਫੁੱਲਾਂ ਵਾਲੀ ਕਾਰ ਵੇ, ਉਹ ਤੈਨੂੰ ਮੰਨਿਆ ਕੇ ਪਿਆਰ ਕਰਦੀ, ਪਿਆਰ ਕਰਦੀ, ਮੈਨੂੰ ਕਰਜ਼ਾ ਦੀ ਵੀ ਆਸਾਰ ਵੇ, ਵੀ ਮੈਂ ਪੇਕਿਆਂ ਤੋਂ ਸਾਰੀ ਜ਼ਿੰਦਗੀ ਉਹ ਚੰਨਾ ਦੂਰੀਆਂ ਬਣਾ ਨਹੀਂ ਸਕਦੀ। ਮੈਂ ਨਹੀਂ ਜਾਣਾ ਹਥਿਆਰਾਂ ਸਿਰ ਤੇ, ਲੈ ਕੇ ਆ ਜੀ ਫੁੱਲਾਂ ਵਾਲੀ ਕਾਰ ਵੇ, ਮੈਨੂੰ ਮੰਨਿਆ ਕਿ ਪਿਆਰ ਕਰਦੀ, ਮੈਨੂੰ ਹਰ ਜ਼ਿੰਦਗੀ ਅਸਰ ਵੇ। ਨਿੱਤ ਛਪਦੇ ਨੇ ਅਖਬਾਰ ਵੇ, ਉਹ ਜੱਗੀ ਫਾਹੇ ਲੈ ਕੇ ਕਿੰਨੇ ਮਰ ਗਏ। ਮੈਂ ਜਦੋਂ ਪੱਟੀ ਜਾਊਂ ਸੰਘੇੜੇ ਵਾਲਿਆ, ਹਾਏ ਜੇ ਸਾਡੇ ਵਾਲੇ ਇੱਦਾਂ ਕਰ ਗਏ। ਮੈਂ ਮਰ ਜੂੰਗੀ ਖਾ ਕੇ ਗੋਲੀਆਂ, ਮੰਮੀ ਡੈਡੀ ਨੂੰ ਡਰਾ ਨਹੀਂ ਸਕਦੀ, ਉਹ ਕਹਿੰਦੀ ਗੁਰੂ ਘਰ ਨਾ ਬਣਿਆਂ, ਉਹ ਮੈਂ ਚੁੱਕ ਰਹਿ ਸਕਦੀ, ਕਹਿੰਦੀ ਗੁਰੂ ਘਰ ਨਾ ਬਣਿਆਂ, ਉਹ ਮੈਂ ਚੁੱਕ ਰਹਿ ਸਕਦੀ, ਕਹਿੰਦੀ ਗੁਰੂ ਘਰ ਨਾ ਬਣਿਆਂ, ਉਹ ਮੈਂ ਚੁੱਕ ਰਹਿ ਸਕਦੀ, ਕਹਿੰਦੀ ਗੁਰੂ ਘਰ ਨਾ ਬਣਿਆਂ, ਉਹ ਮੈਂ ਚੁੱਕ ਰਹਿ ਸਕਦੀ, ਕਹਿੰਦੀ ਗੁਰੂ ਜਿਹੜਾ ਕੁੜੀਆਂ ਦਾ ਦਿਲ ਹੁੰਦਾ, ਕੁੜੀਆਂ ਦਾ ਦਿਲ 200 ਗ੍ਰਾਮ ਦਾ ਹੁੰਦਾ, ਇਹ ਡਾਕਟਰਾਂ ਨੇ ਕਿਹਾ, ਸਾਇੰਟਿਸਟਾਂ ਨੇ ਕਿਹਾ, ਤੇ ਆਪਣੇ ਜਿਹੜੇ ਮੁੰਡੇ ਹੁੰਦੇ ਆ
ਉਹਨਾਂ ਤੋਂ ਦਿਲ ਥੋੜ੍ਹਾ ਵੱਡਾ ਹੁੰਦਾ ਕਹਿ ਸਕਦੇ ਆਪਾਂ, ਜਾਂ ਭਾਰਾ ਹੁੰਦਾ, ਉਹਨਾਂ ਦਿਲ ਹੁੰਦਾ 300 ਗ੍ਰਾਮ ਦਾ। ਸੋ ਤੇ ਗਾਣਾ ਸੀਗਾ ਜੀ, ਧਿਆਨ ਦਿਓ। ਹਾਂ ਕਰਕੇ ਨੀ ਇਹਨੂੰ ਤੂੰ ਮਨਾ ਲੈ, ਉਹ ਮੁੰਡਾ ਹੱਥਾਂ ਵਿੱਚੋਂ ਗਿਆ ਨੀ ਬਚਾ ਲੈ, ਅਮਲੀ ਦੇ ਵਾਂਗੂ ਲੱਗਦੀ ਆ ਤੋੜ ਜੀ, ਅਮਲੀ ਦੇ ਵਾਂਗੂ ਲੱਗਦੀ ਆ ਤੋੜ ਜੀ ਨੀ, ਤੇਰਾ ਮੁੱਖ ਵੇਖੇ ਬਿਨਾ ਨਹੀਂ ਉਹ ਸਾਰਦਾ, ਬਿਨਾ ਨਹੀਂ ਉਹ ਸਾਰਦਾ ਨੀ, ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ, ਉਹ ਮੁੰਡਾ ਜੱਟਾਂ ਦਾ ਲਿਖਾਂ ਦੀ ਜਾਨ ਵਾਰਦਾ, ਨੀ ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ, ਉਹ ਮੁੰਡਾ ਜੱਟਾਂ ਦਾ ਲਿਖਾਂ ਦੀ ਜਾਨ ਵਾਰਦਾ। ਜਿਹਦੇ ਜਿਹਨਾਂ ਨੂੰ ਗਾਣਾ ਸੁਣਿਆ ਇੱਕ ਵਾਰ ਤਾੜੀ ਮਾਰ ਦੇ ਵਿੱਚ ਕੇ। ਹਾਂ ਕਰਕੇ ਨੀ ਇਹਨੂੰ ਤੂੰ ਮਨਾ ਲੈ, ਮੁੰਡਾ ਹੱਥਾਂ ਵਿੱਚੋਂ ਗਿਆ ਨੀ ਬਚਾ ਲੈ, ਰੱਖਦਾਰੀ ਕਰੇ ਜਿਹੜੇ ਆ ਰੁੱਟਾਂ ਦੀ ਨੀਤੂ ਬਾਤੋ, ਸੈਂਡੀ ਵੀਰਾਂ
ਲੈਣ ਤੋਂ ਨਾ ਘਬਰੂ ਨੀ ਕਰਦਾ ਉਹ ਇੱਕ ਤੇਰੇ ਲੈਣਾ ਵਾਲੀ ਜੂਲੀਅਟ ਵੋਦਕਾ ਦਾ ਮੁੰਡਾ ਜੱਟਾਂ ਦਾ ਨੀ ਨਸ਼ਾ ਪੱਤਾ ਕਰਦਾ ਨਿਗਾਹ ਰੱਖਣਾ ਕਦੇ ਬਗਾਨਿਆਂ ਦੀ ਨਾਰ ਤੇ ਨਿਗਾਹ ਰੱਖਣਾ ਕਦੇ ਬਗਾਨਿਆਂ ਦੀ ਨਾਰ ਤੇ ਉਹ ਕੀਤਾ ਇੱਕ ਨਾ ਪਿਆਰ ਸਿਰੇ ਚਾੜਦਾ ਨੀ ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ ਹੋ ਮੁੰਡਾ ਜੱਟਾਂ ਦਾ ਸਾਡੇ ਘਰ ਨੂੰ
ਥੋੜ੍ਹੀ ਸਿੰਕ 'ਚ ਪ੍ਰੋਬਲਮ ਆਊਗੀ, ਸਾਂਭ ਲਿਓ ਤੁਸੀਂ, ਮੇਰੀ ਆ ਖੁਦ ਦੀ ਟੀਮ ਨਹੀਂ ਹੈਗੀ ਜੋ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਸਾਥ ਨਿਭਾ ਰਹੇ ਮੇਰਾ, ਥੈਂਕ ਯੂ ਸਰ, ਥੈਂਕ ਯੂ। ਇੱਕ ਮੇਰਾ ਗਾਣਾ ਆਇਆ ਸੀ ਚੁੰਨੀ, ਉਹ ਸਾਰਿਆਂ ਨੇ ਸੁਣਿਆ ਹੋਣਾ, ਬੜਿਆ ਸੁਣਿਓ ਧਿਆਨ ਨਾਲ ਲਿਰਿਕਸ। ਹਾਏ ਚੁੰਨੀਆਂ ਚੁੰਨੀਆਂ ਕਰਦੀ ਐ ਮੇਰੀ ਨਾ ਸੁਣਦੀ ਇੱਕ ਬੱਲੀਏ, ਉਹ ਚੁੰਨੀਆਂ ਲੈ ਲਈ ਲੱਖਾਂ ਪਰ ਸਿਰ ਤੇ ਵੀ ਲੈਣੀ ਸਿੱਖ ਬੱਲੀਏ, ਸਿੱਖ ਬੱਲੀਏ, ਉਹ ਤੈਨੂੰ ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ, ਤੈਨੂੰ ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ, ਦਿਮਾਗ ਵਿੱਚ ਪੈਣੀ ਚਾਹੀਦੀ ਸਾਵੇਂ ਹੋਵਾ ਚਾਹੇ ਨਾਨੀ, ਸਿਰ ਤੌਣੀ ਚੁੰਨੀ ਲੈਣੀ ਚਾਹੀਦੀ, ਭਾਵੇਂ ਅੱਖਾਂ ਸਾਵੇਂ ਹੋਵਾ ਚਾਹੇ ਨਾਨੀ, ਸਿਰ ਤੌਣੀ ਚੁੰਨੀ ਲੈਣੀ ਚਾਹੀਦੀ, ਭਾਵੇਂ ਅੱਖਾਂ ਸਾਵੇਂ ਹੋਵਾ ਚਾਹੇ ਨਾਨੀ, ਸਿਰ ਤੌਣੀ ਚੁੰਨੀ ਲੈਣੀ ਚਾਹੀਦੀ। ਸਾਹਿਬ
ਮੈਂ ਕਹਿੰਦਾ ਸੀ ਐਦਾਂ ਨਾ ਕਰ ਛੱਡਣਾ ਕੱਲਿਆ
ਸਿੰਕ ਨਹੀਂ ਹੋ ਰਿਹਾ, ਕੁਝ ਸਵਾਦ ਨਹੀਂ ਆ ਰਿਹਾ ਥੋੜਾ ਜਿਹਾ। ਹੁਣ ਮੇਰੇ ਨਾਲ ਨੱਚਣਾ ਬੋਧ ਨੂੰ ਉਹ ਸੱਜ ਤੱਜ ਕਿਹੜੀ ਪਰਫਿਊਮ ਮਾਰ ਕੇ ਜਦੋਂ ਨਿਕਲੇ ਸਕੂਟੀ ਉੱਤੇ ਘਰ ਤੋਂ ਤੇਰੇ ਯਾਰ ਹੱਜ ਨਾ ਕੇ ਲੱਗ ਰੱਖਦਾਰੀ ਕਰੇ ਜਿਹੜੇ ਯਾਰ ਰੂਟਾਂ ਦੀ ਨੀ ਤੂੰ ਵਰਤੋਂ ਉਹ ਸੱਜ ਤੱਜ ਕਿਹੜੀ ਪਰਫਿਊਮ ਮਾਰ ਕੇ ਜਦੋਂ ਨਿਕਲੇ ਸਕੂਟੀ ਉੱਤੇ ਘਰ ਤੋਂ ਤੇਰੇ ਯਾਰ ਹੱਜ ਨਾ ਕੇ ਲੱਗ ਰੱਖਦਾਰੀ ਕਰੇ ਜਿਹੜੇ ਯਾਰ ਰੂਟਾਂ ਦੀ ਨੀ ਤੂੰ ਵਰਤੋਂ ਤੇਰੇ ਪਿੱਛੇ ਆਮੇ ਉੱਤੇ ਮਾਰ ਗੇੜੀਆਂ ਤੇਰੇ ਪਿੱਛੇ ਆਮੇ ਉੱਤੇ ਮਾਰ ਗੇੜੀਆਂ ਨੀ ਮੁੰਡਾ ਦੱਬ ਕੇ ਇੱਕ ਲੱਜ ਦੇ ਸਮਾਤਾ ਤੇਰੇ ਦੋਹਾਂ ਦੇ ਰਾਮ ਦੇ ਦਿਲ ਬਦਲੇ ਹੋ ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਮਾਰਦਾ ਤੇਰੇ ਦੋਹਾਂ ਦੇ ਰਾਮ ਦੇ ਦਿਲ ਬਦਲੇ ਹੋ ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਮਾਰਦਾ ਇਸ਼ਕ ਦੀ ਗੱਲ ਕਰਨ ਲੱਗਿਆ ਕਿ ਇਸ਼ਕ ਦਾ ਰਸਤਾ ਬੜਾ ਟੇਢਾ ਤੇ ਬੜਾ ਲੰਬਾ ਦੂਰ ਹੁੰਦਾ, ਜੇ ਲੱਗ ਜਾਵੇ ਤੇ ਫਿਰ ਜਾਣਾ ਵੀ ਜ਼ਰੂਰ ਹੁੰਦਾ, ਕਿਉਂਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਛੱਡੇ ਕਰਕੇ ਮਸਤ ਮਲੰਗ ਸਜਣਾ ਐਸੇ ਹੁੰਦੇ ਇਸ਼ਕੇ ਦੇ ਰੰਗ 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 ਸਜਣਾ
ਸੰਸਕਾਰ ਸੱਜਣਾ
ਇਸ਼ਕ ਦੇ ਰੰਗ ਕਿਹੜੇ ਨੇ? ਪੈਸੇ ਹੁੰਦੇ ਇਸ਼ਕ ਦੇ ਰੰਗ ਸੱਜਣਾ, 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 ਲੱਗੇ ਤਾਂ ਜ਼ੋਰਦਾਰ ਤਾੜੀਆਂ ਮਾਰੋ ਜਰਾ। ਗਾਈਏ ਜੀ ਕਿ ਇਜਾਜ਼ਤ ਨੇ? ਹਾਂਜੀ ਹਾਂਜੀ ਹਾਂ, ਮੈਂ ਕਿਹਾ ਇੱਧਰ ਭਾਜੀ ਪਿੱਛੇ ਆ ਕੇ ਖੜ ਗਏ। ਹਾਂਜੀ ਹਾਂਜੀ ਬਿਲਕੁਲ ਜੀ, ਹਾਂਜੀ ਹਾਂਜੀ ਜਾ ਰਹੇ ਹੋ? ਇੱਧਰ ਜਾਗਰਣ ਤੇ ਵੀ ਜਾਣਾ ਤੇ ਉੱਧਰ ਵੀ ਅਸੀਂ ਆਉਣਾ ਹੈ। ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਭਾਜੀ ਵਾਸਤੇ, ਬੜੀ ਅੱਛੀ ਰੂਹ, ਬੜੀ ਪਾਕ ਰੂਹ। ਆ ਜਾਓ ਆ ਜਾਓ, ਇੱਥੇ ਉੱਪਰ ਆਓ ਭਾਜੀ ਜਰਾ, ਆ ਜਾਓ ਇੱਕ ਮਿੰਟ। ਮੈਨੂੰ ਪਤਾ ਸਾਰਿਆਂ ਨੂੰ ਬੋਲ ਦੇਣਾ। ਮੈਂ ਚਾਹੂੰਗਾ ਕਿ ਤੁਸੀਂ ਦੋ ਲਫ਼ਜ਼ ਨਹੀਂ ਜੀ ਨਹੀਂ ਜੀ ਗਰੀਬ ਨਿਵਾਜ਼ ਪ੍ਰਬੰਧਕ ਕਮੇਟੀ ਦੇ ਮੇਰੇ ਛੋਟੇ ਵੀਰ ਗੁੱਲਾ ਜੀ ਔਰ ਨੰਨੂ ਜੀ ਔਰ ਦੀਪਕ ਜੀ ਔਰ ਇਹਨਾਂ ਦੇ ਸਾਰੇ ਸਾਥੀ, ਅੱਜ ਅਲਮਸਤ ਬਾਪੂ ਲਾਲ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਅੱਜ ਬਹੁਤ ਅੱਛਾ ਜੋ ਪ੍ਰੋਗਰਾਮ ਸਟੇਜ ਕਾਰਿਆਕ੍ਰਮ ਜਿਹਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਵੀਰ ਰਜੇਸ਼ ਜੀ ਆਪਣੇ ਸੁਰਾਂ ਦੀ ਤਾਰ ਜਿਹੜੀ ਉਹ ਛੇੜ ਰਹੇ ਸੀ, ਔਰ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਪ੍ਰਬੰਧਕ ਵੀਰਾਂ ਦਾ, ਕਿਉਂਕਿ ਇਹ ਸਾਰੇ ਸਾਥੀ ਨੌਜਵਾਨ ਸਾਥੀ ਬਾਬਾ ਜੀ ਦੇ ਦਰਬਾਰ ਦੇ ਨਾਲ ਬਹੁਤ ਪਿਆਰ ਕਰਦੇ ਆ ਔਰ ਹਮੇਸ਼ਾ ਸੰਗਤ ਦੀ ਸੇਵਾ ਦੇ ਲਈ ਅੱਗੇ ਰਹਿੰਦੇ ਆ। ਔਰ ਮੇਰੀ ਵੀ ਇਹਨਾਂ ਸਾਰੇ ਸਾਥੀਆਂ ਨੂੰ ਇਹੀ ਬੇਨਤੀ ਹੈ ਕਿ ਅਸੀਂ ਜਿੰਨਾ ਵੀ ਸਾਡਾ ਨੌਜਵਾਨ ਵਰਗ ਹੈ ਉਹਨਾਂ ਨੂੰ ਅਸੀਂ ਚੰਗੇ ਰਸਤੇ ਦੇ ਉੱਤੇ ਜੋੜੀਏ ਤਾਂ ਕਿ ਜਿਹੜਾ ਸਾਡਾ ਸਮਾਜ ਹੈ ਜਿਹਦੇ ਵਿੱਚ ਬਹੁਤ ਕੁਰੀਤੀਆਂ ਬਹੁਤ ਬੁਰਾਈਆਂ ਜਿਹੜੀਆਂ ਉਹ ਘਰ ਘਰ ਗਈਆਂ ਸਨ ਉਹਨਾਂ ਨੂੰ ਦੂਰ ਕਰਨ ਦੇ ਲਈ ਸਿਰਫ ਅਤੇ ਸਿਰਫ ਦਰਬਾਰ ਦਾ ਆਸ਼ੀਰਵਾਦ, ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਹੀ ਅਸੀਂ ਇਹਨਾਂ ਕੰਮਾਂ ਦੇ ਵਿੱਚੋਂ ਨਿਕਲ ਸਕਦੇ ਹਾਂ। ਔਰ ਜੇ ਅਸੀਂ ਸੱਚੇ ਮਨ ਦੇ ਨਾਲ ਸੱਚੀ ਲਗਨ ਦੇ ਨਾਲ ਜੇ ਅਸੀਂ ਕੋਈ ਵੀ ਕੰਮ ਕਰੀਏ ਤਾਂ ਉਹਦੇ ਵਿੱਚ ਹਮੇਸ਼ਾ ਕਾਮਯਾਬੀ ਮਿਲਦੀ ਹੈ। ਔਰ ਜੇ ਤੁਸੀਂ ਜਿਸ ਲਗਨ ਦੇ ਨਾਲ ਤੁਸੀਂ ਬਾਬਾ ਜੀ ਦੇ ਦਰਬਾਰ ਦੀ ਸੇਵਾ ਕਰ ਰਹੇ ਹੋ ਉੱਥੋਂ ਆਸ਼ੀਰਵਾਦ ਬਾਅਦ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ, ਉਹਦੇ ਨਾਲ ਨਾਲ ਤੁਹਾਨੂੰ ਇੱਕ ਬਹੁਤ ਅੱਛਾ ਮੈਸੇਜ ਮਿਲਦਾ ਕਿ ਤੁਸੀਂ ਆਪਣੇ ਪਰਿਵਾਰ ਦੀ ਆਪਣੇ ਕਿੱਤੇ ਦੀ ਜਾਂ ਜਿਹੜਾ ਵੀ ਤੁਸੀਂ ਕੋਈ ਕੰਮ ਕਰਦੇ ਹੋ ਉਹਨੂੰ ਵੀ ਉਸੇ ਲਗਨ ਦੇ ਨਾਲ, ਜਿਸ ਲਗਨ ਦੇ ਨਾਲ ਅਸੀਂ ਭਗਤੀ ਕਰਦੇ ਹਾਂ ਜੇ ਉਸੇ ਲਗਨ ਦੇ ਨਾਲ ਕਰੀਏ
ਤਾਂ ਕਿਸੇ ਵੀ ਮੁਕਾਮ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰਨਾ ਉਹ ਬਹੁਤਾ ਔਖਾ ਨਹੀਂ। ਔਰ ਉਹਦੇ ਨਾਲ ਨਾਲ ਬਾਬਿਆਂ ਦੀ ਕਿਰਪਾ ਦਰਬਾਰਾਂ ਦਾ ਆਸ਼ੀਰਵਾਦ ਵੀ ਨਾਲ ਹੋਵੇ ਤਾਂ ਮੇਰਾ ਖਿਆਲ ਹੈ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੁੰਦੀ ਹੈ। ਸੋ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸੰਗਤ ਦੇ ਲਈ ਬਹੁਤ ਅੱਛਾ ਪ੍ਰੋਗਰਾਮ ਕੀਤਾ। ਔਰ ਬਾਬਾ ਜੀ ਦੇ ਚਰਨਾਂ 'ਚ ਹੀ ਅਰਦਾਸ ਕਿ ਇਸੇ ਤਰ੍ਹਾਂ ਇਹ ਨੌਜਵਾਨ ਸਾਥੀ ਦਰਬਾਰ ਦੇ ਨਾਲ ਜੁੜੇ ਰਹਿਣ, ਚੰਗੇ ਰਸਤੇ 'ਤੇ ਚੱਲਦੇ ਰਹਿਣ ਔਰ ਆਪਣੇ ਪਰਿਵਾਰ ਦਾ, ਆਪਣੇ ਸ਼ਹਿਰ ਦਾ, ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ। ਬਹੁਤ ਬਹੁਤ ਧੰਨਵਾਦ। ਜੈ ਬਾਬਾ ਜੀ, ਜੈ ਬਾਬਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਜ਼ੋਰਦਾਰ ਤਾੜੀਆਂ ਹੱਥ ਖੜੇ ਕਰਕੇ ਮਾਰੋ ਜਰਾ ਬਾਪੂ ਜੀ ਦੇ ਨਾਂ ਤੇ। ਬੁੱਲੇ ਸ਼ਾਹ ਜੀ, ਬਾਪੂ ਜੀ ਦਾ ਕਲਾਮ ਗਾਉਣ ਲੱਗੇ, ਹੁਣ ਤੁਸੀਂ ਜਾਣਾ ਨੀ ਕਿਤੇ।
ਹੱਥ ਆਉਣੇ ਚਾਹੀਦੇ ਇਹ ਕੈਮਰੇ ਦੇ ਵਿੱਚ। ਹੱਥ ਬਿਲਕੁਲ ਤਾਂ ਕਰ ਲਓ ਜੇ ਮੰਗਣਾ ਫਿਰ ਸੰਗਣਾ ਨਹੀਂ, ਤੇ ਜੇ ਸੰਗਣਾ ਹੈ ਤੇ ਫਿਰ ਮੰਗਣਾ ਨਹੀਂ। ਜ਼ਿੰਦਗੀ ਦੇ ਸਾਰੇ ਸਵਾਲ ਹੋ ਗਏ ਹੱਲ, ਜਦੋਂ ਦੀਆਂ ਲਾਈਆਂ ਲਾਲ ਬਾਦਸ਼ਾਹ ਦੇ ਕਿਸੇ ਨੇ ਆਉਣਾ ਨੀ, ਨਾਪੇ ਇਕੱਠੇ ਕਰ ਲਵਾਂ ਜਾ ਕੇ। ਹੋ ਗਏ ਜ਼ਿੰਦਗੀ ਦੇ ਸਾਰੇ ਸਵਾਲ, ਲਾਈਆਂ ਲਾਲ ਬਾਦਸ਼ਾਹ ਦੇ ਜਦੋਂ ਦੀਆਂ ਲਾਈਆਂ ਲਾਲ ਬਾਦਸ਼ਾਹ, ਜਦੋਂ ਦੀਆਂ ਲਾਈਆਂ ਲਾਲ ਬਾਦਸ਼ਾਹ ਦੇ ਨਾਲ ਹਾਜ਼ਰੀ ਭਾਵੇਂ ਇੱਕ ਮਿੰਟ ਦੀ ਹੋਵੇ, ਭਾਵੇਂ ਘੰਟੇ ਦੀ ਹੋਵੇ, ਭਾਵੇਂ 50 ਘੰਟੇ ਦੀ ਹੋਵੇ, 50 ਘੰਟੇ ਬੈਠੇ ਰਹੀਏ ਤੇ ਜੇ ਸੱਚੇ ਮਨੋਂ ਨਹੀਂ ਹੋਏ ਤੇ ਬੈਠੇ ਤਾਂ ਕੋਈ ਮਤਲਬ ਨਹੀਂ। ਜੇ ਸੱਚੇ ਮਨੋਂ ਹੋ ਗਏ ਤੇ ਇੱਕ ਸਕਿੰਟ ਹੀ ਬੜਾ ਹੁੰਦਾ, ਇੱਕ ਮਿੰਟ ਬੜਾ ਹੁੰਦਾ। ਕਿਉਂ ਸਾਈਂ ਬਾਪੂ ਲਾਡੀ ਸਾਈਂ ਦੇਣਾ, ਜਦੋਂ ਦੀਆਂ ਲਾਈਆਂ ਬਾਪੂ ਲਾਡੀ ਸਾ ਦੇਣਾ। ਕਿਉਂਕਿ ਜਿਹੜਾ ਗਾਣਾ ਇੱਥੇ ਖੜ੍ਹਾ ਦਾ ਮਤਲਬ ਇਹ ਨਹੀਂਗਾ ਕਿ ਮੈਂ ਪੈਸੇ ਕਰਕੇ ਖੜ੍ਹਾ, ਕਿਉਂਕਿ ਗਾਣਾ ਫਕੀਰਾਂ ਦਾ ਹੁੰਦਾ, ਫਕੀਰਾਂ ਨੂੰ ਸੁਣਾਇਆ ਜਾਂਦਾ ਗਾਣਾ, ਫਕੀਰ ਪੈਸੇ। ਔਰ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੂੰ ਮੁਰੀਦ ਹੋ ਗਿਆ, ਅਤੇ ਇਸ ਮੁੰਡੇ ਨੂੰ ਵਧਾਈਆਂ ਦਿਓ ਸਾਰੇ, ਅੱਜ ਤੂੰ ਸੁਹਾਗਣ ਹੋ ਗਿਆ। ਕਿਉਂ? ਕਿਉਂਕਿ ਕੁਸ਼ਤਾਬਾਜ਼ ਰਾਹ ਨਹੀਂ ਲੱਭਦੇ,
ਜਿੱਥੇ ਦੱਸਦੇ ਉੱਥੇ ਵੱਸਦਾ ਨਹੀਂ, ਜਿੱਥੇ ਦੱਸਦੇ ਉੱਥੇ ਵੱਸਦਾ ਨਹੀਂ ਤੇ ਜਿੱਥੇ ਵੱਸਦੇ ਉੱਥੇ ਦੱਸਦਾ ਨਹੀਂ। ਕਿੱਡੀ 420 ਵਾਲੀ ਬਾਤ ਹੋ ਗਈ, ਅਸੀਂ ਮਿਲਣ ਗਿਆ ਸੀ ਉਹਨੂੰ ਵਿੱਚ ਕਾਤੇ, ਉਹਦੀ ਉੱਥੇ ਵੀ ਨਾ ਮੁਲਾਕਾਤ ਹੋ ਗਈ। ਫਿਰ ਜਦੋਂ ਲੱਭਾ ਤੇ ਆਪਣੇ ਘਰੋਂ ਲੱਭਾ, ਮੇਰ ਮੁਰਸ਼ਦ ਵਾਲੀ ਜਾਤ ਹੋ ਗਈ, ਮੁਰਸ਼ਦ ਦੱਸਦਾ ਕਿੱਥੇ ਵੱਸਦਾ ਉਹਦਾ ਨਹੀਂ ਲੱਭਦਾ। ਖੁਸ਼ੀਆਂ ਤੇ ਸੁੱਖਾਂ ਦੀ ਸੌਗਾ